ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਸੰਗਤ ਜੀ, ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ। ਅੱਧੀ ਅਧੂਰੀ ਗੱਲ ਸੁਣ ਕੇ ਸਾਨੂੰ ਸਹੀ ਸਮਝ ਨਹੀਂ ਲੱਗਦੀ ਕਿ ਕੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਨਾ। ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ, ਆਪਣੇ ਸੁਝਾਵ ਜਾਂ ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਰੋਜ਼ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ, ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਨੇ, ਜਿੱਥੇ ਵੀ ਕਿਤੇ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਉਹ ਮੌਕਾ ਕਦੇ ਨਹੀਂ ਗਵਾਉਂਦੇ। ਭਾਵ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਵੀ ਉੱਠਦੇ ਆ, ਗੁਰਬਾਣੀ ਦਾ ਪਾਠ ਵੀ ਕਰਦੇ ਆ, ਸੇਵਾ ਵੀ ਕਰਦੇ ਆ। ਤਾਂ ਉਹਨਾਂ ਨੂੰ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਖੁਦ ਸਮਝਾ ਰਹੇ ਨੇ। ਅੱਜ ਦੀ ਵੀਡੀਓ ਦੇ ਵਿੱਚ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਕੀਤੇ ਹੋਏ ਦੋ ਕੀਮਤੀ ਬਚਨ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਹੋਏ ਕਹਿੰਦੇ ਆ ਕਿ ਤੇਰੀ ਭਗਤੀ ਜਿੰਨੀ ਮਰਜ਼ੀ ਵੱਡੀ ਹੋਵੇ, ਤੇਰੀ ਸੇਵਾ ਜਿੰਨੀ ਮਰਜ਼ੀ ਹੋਵੇ, ਪਰ ਨਾਲ ਨਾਲ ਇਹ ਦੋ ਕੰਮ ਕਰਨੇ ਕਦੇ ਨਾ ਛੱਡੀ। ਤੇਰੀ ਭਗਤੀ, ਤੇਰੀ ਸੇਵਾ ਦੇ ਨਾਲ ਨਾਲ ਇਹ ਦੋ ਕੰਮ ਕਰਨੇ ਬਹੁਤ ਜ਼ਰੂਰੀ ਨੇ। ਇਹ ਦੋ ਕੰਮ ਕਿਹੜੇ ਨੇ? ਪਹਿਲਾ ਕੰਮ ਆ ਸਤ ਸੰਗਤ ਕਰਨੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਤ ਸੰਗਤ ਉਹ ਕਿਲਾ ਹੈ ਜੋ ਸਾਨੂੰ ਵਿਸ਼ੇ ਵਿਕਾਰਾਂ ਤੋਂ ਬਚਾਉਂਦਾ ਹੈ, ਜੋ ਸਾਨੂੰ ਔਗੁਣਾਂ ਤੋਂ ਬਚਾਉਂਦਾ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਚੰਗੇ ਕੰਮ ਕਰਕੇ, ਚੰਗੇ ਕਰਮ ਬਣਾ ਕੇ ਗਵਾ ਬੈਠਦੇ ਹਾਂ। ਗਵਾਉਣੇ ਕਿੱਦਾਂ ਹੈ? ਜਦੋਂ ਅਸੀਂ ਮਾੜੇ ਕੰਮ ਕਰ ਬੈਠਦੇ ਹਾਂ। ਕਈ ਵਾਰ ਚੰਗੇ ਕੰਮ ਕਰਕੇ ਸਾਡੇ ਮਨ ਅੰਦਰ ਹਉਮੈ ਹੰਕਾਰ ਪੈਦਾ ਹੋ ਜਾਂਦਾ ਹੈ, ਜਾਂ ਸਾਡੇ ਮਨ ਦੇ ਵਿੱਚ ਕਿਸੇ ਨਾ ਕਿਸੇ ਦੇ ਪ੍ਰਤੀ ਈਰਖਾ ਆ ਜਾਂਦੀ ਆ। ਅਸੀਂ ਕੋਈ ਨਾ ਕੋਈ ਐਸਾ ਮਾੜਾ ਕੰਮ ਕਰ ਬੈਠਦੇ ਹਾਂ ਜਿਹਦੇ ਨਾਲ ਸਾਡੇ ਕੀਤੇ ਹੋਏ ਚੰਗੇ ਕਰਮ ਸੜ ਜਾਂਦੇ ਨੇ। ਤਾਂ ਇਹ ਸਾਰੀਆਂ ਗੱਲਾਂ ਸਾਨੂੰ ਸਤ ਸੰਗਤ ਦੇ ਵਿੱਚ ਜਾ ਕੇ ਸਮਝ ਦੇ ਵਿੱਚ ਆਉਂਦੀਆਂ ਨੇ। ਸਤ ਸੰਗਤ ਦੇ ਵਿੱਚ ਬੈਠ ਕੇ ਜਦੋਂ ਅਸੀਂ ਗੁਰੂ ਦਾ ਗਿਆਨ ਹਾਸਲ ਕਰਦੇ ਹਾਂ, ਗੁਰੂ ਦਾ ਉਪਦੇਸ਼ ਸੁਣਦੇ ਹਾਂ, ਜਾਂ ਸਤ ਸੰਗਤ ਦੇ ਵਿੱਚ ਬੈਠ ਕੇ ਜਦੋਂ ਨਾਮ ਜਪਦੇ ਹਾਂ ਨਾ, ਤਾਂ ਸਾਡਾ ਭਲਾ ਹੁੰਦਾ ਹੈ। ਸਤ ਸੰਗਤ ਕਰਨ ਦੇ ਬਹੁਤ ਫਾਇਦੇ ਨੇ। ਮਹਾਂਪੁਰਖ ਜੀ ਸਤ ਸੰਗਤ ਦੇ ਫਾਇਦੇ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਸਤ ਸੰਗਤ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਬੈਠੀਆਂ ਹੁੰਦੀਆਂ ਨੇ। ਉਹ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਦੇ ਕੋਲ ਬੈਠ ਕੇ ਕਈ ਪਾਪੀ ਵੀ ਤਰ ਸਕਦੇ ਨੇ। ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਆਪਣੀ ਸੰਗਤ ਤੇ ਖੁਸ਼ ਹੁੰਦੇ ਨੇ ਤਾਂ ਉਹ ਇਕੱਲੇ ਇਕੱਲੇ ਨੂੰ ਦਾਤਾਂ ਨਹੀਂ ਵੰਡਦੇ, ਇਕੱਲੇ ਇਕੱਲੇ ਦੇ ਉੱਤੇ ਖੁਸ਼ ਹੋ ਕੇ ਕਿਰਪਾ ਨਹੀਂ ਕਰਦੇ, ਉਹ ਤਾਂ ਦੋਵੇਂ ਮੁੱਠਾਂ ਸੰਗਤ ਦੇ ਉੱਤੇ ਖੋਲ ਦਿੰਦੇ ਨੇ। ਫਿਰ ਪੁੰਨੀਆਂ ਦੇ ਨਾਲ ਨਾਲ ਪਾਪੀ ਵੀ ਤਰ ਜਾਂਦੇ ਨੇ, ਝੋਲੀਆਂ ਭਰ ਜਾਂਦੀਆਂ ਨੇ। ਇਸ ਕਰਕੇ ਸਤ ਸੰਗਤ ਕਰਨੀ ਬਹੁਤ ਜ਼ਰੂਰੀ ਆ। ਅਤੇ ਚੌਥੇ ਪਾਤਸ਼ਾਹ ਸਾਨੂੰ ਇੱਥੇ ਸਾਡੇ ਮਨ ਦੇ ਵਿੱਚ ਹਉਮੈ ਹੰਕਾਰ ਈਰਖਾ ਨਾ ਆ ਜਾਵੇ, ਸਾਡਾ ਮਨ ਵਿਸ਼ੇ ਵਿਕਾਰਾਂ ਦੇ ਨਾਲ ਨਾ ਭਰ ਜਾਵੇ। ਇਸ ਕਰਕੇ ਰੋਜ਼ ਸਤਸੰਗਤ ਕਰਨ ਨੂੰ ਕਹਿੰਦੇ ਨੇ। ਅਤੇ ਸਤਸੰਗਤ ਦੇ ਵਿੱਚ ਜਾ ਕੇ ਧਿਆਨ ਕਰਨਾ ਹੈ। ਇਹ ਨਹੀਂ ਵੀ ਅਸੀਂ
ਰੋਜ਼ ਗੁਰੂ ਘਰੇ ਜਾ ਰਹੇ ਆ, ਸਤ ਸੰਗਤ ਕਰ ਰਹੇ ਆ, ਪਰ ਗੁਰੂ ਦਾ ਗਿਆਨ ਧਿਆਨ ਦੇ ਨਾਲ ਸੁਣਿਆ ਹੀ ਨਹੀਂ। ਸਾਨੂੰ ਪਤਾ ਹੀ ਨਹੀਂ ਕਿ ਉੱਥੋਂ ਕੀ ਉਪਦੇਸ਼ ਆਇਆ ਹੈ। ਜਦੋਂ ਵੀ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਜਾਂ ਗੁਰੂ ਦਾ ਉਪਦੇਸ਼ ਸੁਣਦੇ ਹਾਂ ਨਾ, ਉਹ ਉਪਦੇਸ਼ ਸਾਡੇ ਲਈ ਹੁੰਦਾ ਹੈ। ਉਹ ਜੇ ਮੈਂ ਸੁਣ ਰਹੀ ਹਾਂ ਤਾਂ ਮੇਰੇ ਲਈ ਆ, ਜੇ ਤੁਸੀਂ ਸੁਣ ਰਹੇ ਹੋ ਤਾਂ ਤੁਹਾਡੇ ਲਈ ਆ। ਜੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਗੁਣ ਦੱਸਦੇ ਆ ਤਾਂ ਉਹ ਵੀ ਸਾਡੇ ਨੇ, ਜੇ ਔਗਣ ਦੱਸ ਰਹੇ ਨੇ ਤਾਂ ਉਹ ਵੀ ਸਾਡੇ ਨੇ। ਔਗਣਾਂ ਵਾਰੀ ਉਂਗਲ ਦੂਜੇ 'ਤੇ ਨਹੀਂ ਚੁੱਕ ਲੈਣੀ ਕਿ ਹਾਂ ਇਹ ਤਾਂ ਫਲਾਣੇ ਦੀ ਗੱਲ ਹੋ ਰਹੀ ਆ। ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਗੱਲ ਕਰਦੇ ਨੇ, ਸਾਡੇ ਗੁਣਾਂ ਦੀ, ਸਾਡੇ ਔਗਣਾਂ ਦੀ ਗੱਲ ਕਰਦੇ ਨੇ। ਤਾਂ ਜੋ ਵੀ ਗੁਰੂ ਦਾ ਉਪਦੇਸ਼ ਆਉਂਦਾ ਹੈ ਉਹ ਆਪਣੇ ਆਪ ਦੇ ਉੱਤੇ ਲੈਣਾ ਹੈ, ਆਪਣੇ ਆਪ ਦੇ ਵਿੱਚ ਬਦਲਾਵ ਕਰਨਾ ਹੈ। ਇਹ ਨਹੀਂ ਵੀ ਦੂਜਿਆਂ ਨੂੰ ਬਦਲਣ ਨੂੰ ਤੁਰ ਪੈਣਾ ਨਾ, ਆਪਣੇ ਆਪ ਨੂੰ ਸੁਧਾਰਨਾ ਹੈ, ਆਪਣੇ ਆਪ ਨੂੰ ਸੁਧਾਰਨਾ ਹੈ। ਜਦੋਂ ਰੋਜ਼ ਰੋਜ਼ ਸਤਸੰਗਤ ਕਰਾਂਗੇ ਤਾਂ ਸਾਨੂੰ ਬਹੁਤ ਗਿਆਨ ਦੀਆਂ ਗੱਲਾਂ ਸਤਸੰਗਤ ਦੇ ਵਿੱਚੋਂ ਮਿਲਦੀਆਂ ਨੇ। ਸਤਸੰਗਤ ਦੇ ਵਿੱਚ ਜਾ ਕੇ ਸਾਨੂੰ ਆਪਣਾ ਅੱਜ ਆਉਣ ਵਾਲਾ ਕੱਲ੍ਹ ਪਤਾ ਲੱਗਦਾ ਹੈ। ਇੱਥੇ ਮਹਾਂਪੁਰਖ ਜੀ ਕਹਿੰਦੇ ਸਾਨੂੰ ਆਪਣਾ ਆਉਣ ਵਾਲਾ ਕੱਲ੍ਹ ਪਤਾ ਕਰਨ ਦੇ ਲਈ ਕਿਸੇ ਨੂੰ ਹੱਥ ਦਿਖਾਉਣ ਦੀ ਲੋੜ ਹੀ ਨਹੀਂ, ਕਿਉਂਕਿ ਅਸੀਂ ਆਪਣਾ ਭਵਿੱਖ, ਆਪਣਾ ਆਉਣ ਵਾਲਾ ਕੱਲ੍ਹ ਖੁਦ ਜਾਣ ਸਕਦੇ ਹਾਂ। ਸਾਡਾ ਆਉਣ ਵਾਲਾ ਕੱਲ੍ਹ, ਸਾਡਾ ਭਵਿੱਖ ਅੱਜ ਹੀ ਆ। ਜੋ ਅਸੀਂ ਅੱਜ ਦੇ ਵਿੱਚ ਕੰਮ ਕਰਦੇ ਹਾਂ ਨਾ, ਉਹੀ ਸਾਨੂੰ ਕੱਲ੍ਹ ਨੂੰ ਮਿਲਣਾ ਹੈ। ਜੇ ਅੱਜ ਅਸੀਂ ਚੰਗੇ ਕੰਮ ਕਰ ਰਹੇ ਹਾਂ ਤਾਂ ਸਾਡਾ ਆਉਣ ਵਾਲਾ ਕੱਲ੍ਹ ਬਹੁਤ ਵਧੀਆ ਹੋਵੇਗਾ, ਚੰਗਾ ਹੋਵੇਗਾ। ਪਰ ਜੇ ਅੱਜ ਅਸੀਂ ਮਾੜੇ ਕੰਮ ਕਰ ਰਹੇ ਹਾਂ, ਮਾੜੇ ਕਰਮ ਕਮਾ ਰਹੇ ਹਾਂ, ਤਾਂ ਫਿਰ ਆਉਣ ਵਾਲੇ ਕੱਲ੍ਹ ਦੇ ਵਿੱਚ ਇਹ ਮਾੜੇ ਨਤੀਜੇ ਭੁਗਤਣੇ ਪੈਣਗੇ। ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਰੋਜ਼ ਸਮਝਾਉਂਦੇ ਨੇ ਕਿ ਭਾਈ ਜਿਸ ਤਰ੍ਹਾਂ ਕਿਸਾਨ ਧਰਤੀ ਦੇ ਵਿੱਚ ਇੱਕ ਬੀਜ ਬੀਜਦਾ ਹੈ ਤਾਂ ਉਹ ਇੱਕ ਬੀਜੇ ਹੋਏ ਬੀਜ ਦੇ ਵਿੱਚੋਂ ਹਜ਼ਾਰਾਂ ਗੁਣਾ ਫਲ ਪ੍ਰਾਪਤ ਕਰ ਲੈਂਦਾ ਹੈ। ਉਸੇ ਤਰ੍ਹਾਂ ਮਨੁੱਖ ਜੋ ਵੀ ਕੰਮ ਕਰਦਾ ਹੈ ਨਾ, ਉਹਦੇ ਕੀਤੇ ਹੋਏ ਕੰਮ, ਉਹਦੇ ਕੀਤੇ ਹੋਏ ਕਰਮ ਦਾ ਫਲ ਉਹਨੂੰ ਮਿਲਣਾ ਹੈ। ਜੇ ਅੱਜ ਚੰਗਾ ਕਰਮ ਕਮਾਇਆ, ਚੰਗਾ ਕਰਮ ਬੀਜ ਦਿੱਤਾ ਤਾਂ ਇਹਦਾ ਫਲ ਸਾਨੂੰ ਚੰਗਾ ਮਿਲੇਗਾ, ਕਈ ਗੁਣਾ ਵੱਧ ਕੇ ਮਿਲੇਗਾ। ਪਰ ਜੇਕਰ ਅਸੀਂ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਰੱਖੀ ਬੈਠੇ ਹਾਂ, ਨਫ਼ਰਤ ਰੱਖ ਕੇ ਬੈਠੇ ਹਾਂ, ਕਿਸੇ ਦੇ ਬਾਰੇ ਮਾੜਾ ਸੋਚਦੇ ਰਹਿੰਦੇ ਹਾਂ ਜਾਂ ਮਾੜਾ ਕਰਦੇ ਰਹਿੰਦੇ ਹਾਂ, ਤਾਂ ਫਿਰ ਸਾਡੇ ਨਾਲ ਵੀ ਚੰਗਾ ਨਹੀਂ ਹੋ ਸਕਦਾ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਪਹਿਲਾ ਸਿਧਾਂਤ ਇਹ ਆ ਕਿ ਸਿੱਖ ਦੀ ਅਰਦਾਸ ਵੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਗੁਰਸਿੱਖ ਦੂਜਿਆਂ ਦਾ ਭਲਾ ਨਹੀਂ ਮੰਗਦਾ। ਆਪਾਂ ਅਰਦਾਸ ਦੇ ਵਿੱਚ ਕਹਿੰਦੇ ਹਾਂ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਡੀ ਅਰਦਾਸ ਬੇਨਤੀ ਵੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਅਸੀਂ ਸਰਬੱਤ ਦਾ ਭਲਾ ਨਹੀਂ ਮੰਗਦੇ। ਤਾਂ ਭੁੱਲ ਕੇ ਵੀ ਕਦੀ ਮਨ ਦੇ ਵਿੱਚ ਮਾੜੇ ਖਿਆਲ ਨਹੀਂ ਆਉਂਦੇ ਨੇ, ਖਾਸ ਕਰਕੇ ਦੂਜਿਆਂ ਦੇ ਪ੍ਰਤੀ। ਕਿਸੇ ਦਾ ਮਾੜਾ ਨਾ ਕਰਨਾ, ਨਾ ਕਿਸੇ ਦਾ ਮਾੜਾ ਸੋਚਣਾ ਹੈ। ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਨਾਲ ਕਦੇ ਵੀ ਕੁਝ ਮਾੜਾ ਹੋਣ ਨਹੀਂ ਦੇਣਗੇ। ਇਹ ਸਾਰੀਆਂ ਗੱਲਾਂ ਸਾਨੂੰ ਸਤਸੰਗਤ ਦੇ ਵਿੱਚ ਜਾ ਕੇ ਸਮਝ ਦੇ ਵਿੱਚ ਆਉਂਦੀਆਂ ਨੇ। ਕਈ ਵਾਰ ਕਈ ਭੈਣ ਭਰਾ ਕਹਿ ਦਿੰਦੇ ਆ ਨਾ ਕਿ ਰੋਜ਼ ਰੋਜ਼ ਗੁਰਬਾਣੀ ਦਾ ਪਾਠ ਕਰਨ ਦਾ ਕੀ ਫਾਇਦਾ, ਰੋਜ਼ ਰੋਜ਼ ਸਤਸੰਗਤ ਵਿੱਚ ਜਾਣ ਦਾ ਕੀ ਫਾਇਦਾ। ਤਾਂ ਇਹੀ ਫਾਇਦੇ ਹੁੰਦੇ ਨੇ। ਸਾਨੂੰ ਆਪਣੇ ਚੰਗੇ ਮਾੜੇ ਕਰਮਾਂ ਦਾ ਗਿਆਨ ਆਉਂਦਾ ਹੈ, ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਕੰਮ ਕਰਕੇ ਅਸੀਂ ਗੁਰੂ ਚਰਨਾਂ ਦੇ ਨੇੜੇ ਹੋਵਾਂਗੇ, ਗੁਰੂ ਦੀ ਕਿਰਪਾ, ਗੁਰੂ ਦੀ ਬਰਕਤ ਮਿਲੇਗੀ, ਅਤੇ ਕਿਹੜੇ ਕੰਮ ਕਰਕੇ ਅਸੀਂ ਗੁਰੂ ਦੇ ਚਰਨਾਂ ਤੋਂ ਦੂਰ ਹੋ ਸਕਦੇ ਹਾਂ, ਕਿਹੜੇ ਕੰਮ ਕਰਕੇ ਸਾਡੀ ਜ਼ਿੰਦਗੀ ਦੁੱਖ ਤਕਲੀਫਾਂ ਚਿੰਤਾਵਾਂ ਦੇ ਨਾਲ ਭਰ ਸਕਦੀ ਆ। ਇਹ ਸਾਰੀਆਂ ਗੱਲਾਂ ਗੁਰੂ ਦੇ ਗਿਆਨ 'ਚੋਂ ਮਿਲਦੀਆਂ ਨੇ, ਸਤਸੰਗਤ ਦੇ ਵਿੱਚੋਂ ਮਿਲਦੀਆਂ ਨੇ। ਤਾਂ ਰੋਜ਼ ਸਤਸੰਗਤ ਕਰਨੀ ਆ। ਜੇ ਰੋਜ਼ ਗੁਰੂ ਘਰੇ ਜਾ ਕੇ ਸਤਸੰਗਤ ਨਹੀਂ ਕਰ ਸਕਦੇ ਤਾਂ ਘਰ ਦੇ ਵਿੱਚ ਬੈਠਿਆਂ ਹੀ ਆਪਣੇ TV 'ਤੇ, ਆਪਣੇ ਮੋਬਾਈਲ ਦੇ ਉੱਤੇ ਲਾ ਕੇ ਮਹਾਂਪੁਰਖਾਂ ਦੇ ਬਚਨ ਸੁਣ ਲੈਣੇ ਚਾਹੀਦੇ ਨੇ। ਮਹਾਂਪੁਰਖ ਜੀ ਸਾਨੂੰ ਸਾਡੇ ਗੁਰੂ ਦਾ ਉਪਦੇਸ਼ ਹੀ ਸਮਝਾਉਂਦੇ ਆ। ਉਹ ਜੋ ਵੀ ਗੱਲਾਂ ਕਰਦੇ ਨੇ ਆਪਣੇ ਕੋਲੋਂ ਨਹੀਂ ਕਰਦੇ, ਉਹਨਾਂ ਨੇ ਆਪਣੇ ਗੁਰੂ ਨੂੰ ਪਾਇਆ ਹੈ, ਗੁਰੂ ਦੀਆਂ ਗੱਲਾਂ ਨੇੜੇ ਹੋ ਕੇ ਸਮਝ ਲਈਆਂ ਨੇ।
ਤਾਂ ਸਾਨੂੰ ਅੱਗੇ ਸਮਝਾਉਂਦੇ ਨੇ। ਤਾਂ ਜਦੋਂ ਵੀ ਕੋਈ ਵੀ ਗੁਰਮੁਖ ਪਿਆਰਾ ਕੋਈ ਗੱਲ ਦੱਸੇ, ਜਦੋਂ ਵੀ ਕਿਤੇ ਚੰਗੇ ਕਰਮਾਂ ਦੇ ਨਾਲ ਕਿਸੇ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਮੌਕਾ ਮਿਲੇ, ਕੋਈ ਬਚਨ ਸੁਣਨ ਦਾ ਮੌਕਾ ਮਿਲੇ, ਤਾਂ ਉਹਨਾਂ ਬਚਨਾਂ ਨੂੰ ਬੜੇ ਧਿਆਨ ਦੇ ਨਾਲ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ ਚਾਹੀਦਾ ਹੈ, ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ, ਸਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ। ਤਾਂ ਆਪਾਂ ਗੱਲ ਕਰ ਰਹੇ ਸੀ ਦੋ ਕੰਮਾਂ ਬਾਰੇ। ਪਹਿਲਾ ਕੰਮ ਹੋ ਗਿਆ ਸਤ ਸੰਗਤ, ਅਤੇ ਦੂਸਰਾ ਕੰਮ ਕੀ ਆ? ਇਕਾਂਤ ਵਿੱਚ ਬੈਠ ਕੇ ਅੱਖਾਂ ਬੰਦ ਕਰਕੇ ਨਾਮ ਜਪਣਾ, ਵਾਹਿਗੁਰੂ 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 ਕਹਿਣਾ। ਜਦੋਂ ਰੋਜ਼ ਰੋਜ਼ ਗੁਰੂ ਗੁਰੂ ਕਰਾਂਗੇ ਨਾ, ਤਾਂ ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਜ਼ਰੂਰ ਕਿਰਪਾ ਕਰਨਗੇ। ਭਾਵੇਂ ਆਪਾਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਹਾਂ, ਗੁਰਬਾਣੀ ਦਾ ਪਾਠ ਕਰਦੇ ਹਾਂ, ਪਰ ਫਿਰ ਵੀ ਨਾਲ ਨਾਲ ਨਾਮ ਜਪਣਾ ਬਹੁਤ ਜ਼ਰੂਰੀ ਆ, ਸਿਮਰਨ ਕਰਨਾ ਬਹੁਤ ਜ਼ਰੂਰੀ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਸਵਾਸ ਸਵਾਸ ਸਿਮਰਨ ਕਰਨ ਦੇ ਲਈ ਕਿਹਾ ਹੈ। ਸਵਾਸ ਸਵਾਸ ਸਿਮਰਨ ਕਰਨਾ ਸ਼ੁਰੂ ਅਸੀਂ ਤਾਂ ਹੀ ਕਰਾਂਗੇ ਜਦੋਂ ਰੋਜ਼ ਸਵੇਰੇ ਉੱਠ ਕੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਬੈਠਾਂਗੇ। ਇੱਥੇ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਅਸੀਂ ਸਿਮਰਨ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਾਂ, ਭਾਵ ਕਿ ਅੱਖਾਂ ਬੰਦ ਕਰਕੇ ਅਸੀਂ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ, ਗੁਰੂ ਚਰਨਾਂ ਦਾ ਧਿਆਨ ਧਰਦੇ ਹਾਂ, ਪਰ ਮਨ ਨਹੀਂ ਟਿਕਦਾ। ਜਾਂ ਗੁਰਬਾਣੀ ਦਾ ਪਾਠ ਕਰਨ ਵੇਲੇ ਵੀ ਇਹ ਕਹਿ ਦਿੰਦੇ ਆ ਵੀ ਅਸੀਂ ਗੁਰਬਾਣੀ ਦਾ ਪਾਠ ਇਸ ਕਰਕੇ ਨਹੀਂ ਕਰਦੇ ਕਿਉਂਕਿ ਜਦੋਂ ਅਸੀਂ ਪਾਠ ਕਰਨ ਬੈਠਦੇ ਹਾਂ, ਸਿਮਰਨ ਕਰਨ ਬੈਠਦੇ ਹਾਂ, ਤਾਂ ਮਨ ਦੇ ਵਿੱਚ ਹੋਰ ਹੀ ਖਿਆਲ ਚੱਲਣੇ ਸ਼ੁਰੂ ਹੋ ਜਾਂਦੇ ਆ, ਕਈ ਤਰ੍ਹਾਂ ਦੇ ਖਿਆਲ ਆਉਂਦੇ ਆ, ਕੁਝ ਚੰਗੇ ਕੁਝ ਮਾੜੇ। ਮਨ ਤਾਂ ਪਾਠ ਦੇ ਵਿੱਚ ਲੱਗਦਾ ਨਹੀਂ, ਮਨ ਤਾਂ ਸਿਮਰਨ ਵਿੱਚ ਜੁੜਦਾ ਨਹੀਂ, ਇਸ ਕਰਕੇ ਕੀ ਫਾਇਦਾ? ਤਾਂ ਇੱਥੇ ਮਹਾਂਪੁਰਖ ਜੀ ਕਹਿੰਦੇ, ਭਾਈ ਕੋਈ ਨੌਕਰ ਜਦੋਂ ਕਿਸੇ ਦੀ ਨੌਕਰੀ ਕਰਦਾ ਹੈ, ਉਹ ਨੌਕਰ ਕੰਮ ਭਾਵੇਂ ਬੇਮਨਾ ਕਰੇ ਅਤੇ ਭਾਵੇਂ ਮਨ ਲਾ ਕੇ ਕਰੇ, ਉਹਨੂੰ ਉਹਦੀ ਤਨਖਾਹ ਮਿਲ ਜਾਣੀ ਆ। ਉਸੇ ਤਰ੍ਹਾਂ ਅਸੀਂ ਜਦੋਂ ਗੁਰਬਾਣੀ ਦਾ ਪਾਠ ਕਰਦੇ ਹਾਂ, ਉੱਥੇ ਸਾਡਾ ਮਨ ਜੁੜੇ ਚਾਹੇ ਨਾ ਜੁੜੇ, ਗੁਰਬਾਣੀ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਮੁੱਖ ਦੇ ਵਿੱਚੋਂ ਇੱਕ ਵਾਰ ਵੀ ਵਾਹਿਗੁਰੂ ਜੀ ਸ਼ਬਦ ਨਿਕਲ ਗਿਆ, ਸਮਝੋ ਸਾਡੇ ਚੰਗੇ ਕਰਮ ਬਣਨੇ ਸ਼ੁਰੂ ਹੋ ਗਏ। ਉਹ ਵਾਹਿਗੁਰੂ ਸ਼ਬਦ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਗੱਲ ਵੱਖਰੀ ਹੈ ਕਿ ਸਾਨੂੰ ਦੇਰ ਬਾਅਦ ਪਤਾ ਲੱਗਦਾ ਹੈ, ਪਰ ਜਦੋਂ ਹੀ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਸਤਸੰਗਤ ਕਰਦੇ ਹਾਂ, ਵਾਹਿਗੁਰੂ ਜਾਪ ਕਰਦੇ ਹਾਂ, ਸੇਵਾ ਕਰਦੇ ਹਾਂ, ਕੋਈ ਵੀ ਚੰਗਾ ਕੰਮ ਕਰਦੇ ਹਾਂ ਨਾ, ਉਹਦਾ ਫਲ ਸਾਨੂੰ ਉਸੇ ਵੇਲੇ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ, ਉਹ ਸਾਡਾ ਪੁੰਨ ਬਣ ਜਾਂਦਾ ਹੈ। ਤਾਂ ਬਸ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਹੈ, ਕਦੇ ਵੀ ਇਹ ਸੋਚ ਕੇ ਗੁਰਬਾਣੀ ਦਾ ਪਾਠ ਕਰਨਾ ਨਹੀਂ ਛੱਡਣਾ ਕਿ ਮਨ ਤਾਂ ਜੁੜਦਾ ਨਹੀਂ ਆ। ਰੋਜ਼ ਰੋਜ਼ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਮਨ ਜ਼ਰੂਰ ਟਿਕੇਗਾ, ਜ਼ਰੂਰ ਜੁੜੇਗਾ। ਰੋਜ਼ ਰੋਜ਼ ਸਿਮਰਨ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਜ਼ਰੂਰ ਵਰਤੇਗੀ, ਪਰ ਸਾਡੇ ਵੱਲੋਂ ਕੋਸ਼ਿਸ਼ ਲਗਾਤਾਰ ਹੋਣੀ ਚਾਹੀਦੀ ਆ, ਰੋਜ਼ ਹੋਣੀ ਚਾਹੀਦੀ ਆ। ਜਦੋਂ ਰੋਜ਼ ਸਵੇਰੇ ਉੱਠ ਕੇ ਆਪਣੇ ਸਮੇਂ ਦੇ ਉੱਤੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਗੁਰੂ ਦੀ ਯਾਦ ਵਿੱਚ ਬੈਠਾਂਗੇ ਨਾ, ਤਾਂ ਗੁਰੂ ਸਾਹਿਬ ਜੀ ਸਾਡੇ ਉੱਤੇ ਕਿਰਪਾ ਜ਼ਰੂਰ ਕਰਦੇ ਨੇ। ਜਿਵੇਂ ਆਪਾਂ ਆਪਣੇ ਬਾਕੀ ਸਾਰੇ ਦੁਨਿਆਵੀ ਕੰਮ ਧੰਦੇ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਉਂਦੇ ਹਾਂ ਨਾ, ਸਮੇਂ ਸਿਰ ਸਾਰੇ ਕੰਮ ਕਰਦੇ ਹਾਂ ਕਿ ਹਾਂ ਮੈਨੂੰ ਪਤਾ ਹੈ ਕਿ ਇਸ ਵੇਲੇ ਮੈਂ ਰੋਟੀ ਪਕਾਉਣੀ ਆ, ਇਸ ਵੇਲੇ ਖਾਣੀ ਆ, ਇਸ ਵੇਲੇ ਮੈਂ ਆਪਣੀ ਦੁਕਾਨ 'ਤੇ ਜਾਣਾ ਹੈ, ਇਸ ਵੇਲੇ ਜਾ ਕੇ ਡਿਊਟੀ ਸੰਭਾਲਣੀ ਆ, ਕਿ ਆਪਾਂ ਸਮੇਂ ਦੇ ਪਾਬੰਦ ਹਾਂ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਸਹੀ ਸਮੇਂ 'ਤੇ ਨਿਭਾਉਂਦੇ ਹਾਂ। ਉਸੇ ਤਰ੍ਹਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਵੀ ਰੋਜ਼ ਸਵੇਰੇ ਉੱਠ ਕੇ ਯਾਦ ਕਰਨਾ ਹੈ। ਜਦੋਂ ਰੋਜ਼ ਰੋਜ਼ ਇੱਕੋ ਸਮੇਂ ਦੇ ਵਿੱਚ ਆਪਣੀ ਡਿਊਟੀ ਨਿਭਾਵਾਂਗੇ ਨਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਵੀ ਜ਼ਰੂਰ ਕਿਰਪਾ ਕਰਨਗੇ ਵੀ ਇਹ ਮੇਰਾ ਪਿਆਰਾ
ਆਪਣਾ ਨੇਮ ਨਹੀਂ ਛੱਡਦਾ, ਰੋਜ਼ ਆਪਣੇ ਡਿਊਟੀ ਆਪਣਾ ਕੰਮ ਕਰਦਾ ਹੈ ਤਾਂ ਸਾਨੂੰ ਵੀ ਸਾਡੀ ਤਨਖਾਹ ਜ਼ਰੂਰ ਮਿਲੇਗੀ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਾਡੇ ਉੱਤੇ ਹੋਵੇਗੀ। ਮਹਾਂਪੁਰਖ ਜੀ ਕਹਿੰਦੇ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ, ਆਪਣੇ ਗੁਰੂ ਨੂੰ ਯਾਦ ਕਰਦੇ ਹਾਂ, ਸਮਝੋ ਲਾਈਨ ਦੇ ਵਿੱਚ ਲੱਗ ਗਏ, ਤਾਂ ਲਾਈਨ ਦੇ ਵਿੱਚ ਲੱਗਿਆਂ ਦੀ ਵਾਰੀ ਇੱਕ ਨਾ ਇੱਕ ਦਿਨ ਜ਼ਰੂਰ ਆ ਜਾਂਦੀ ਆ। ਕਦੇ ਵੀ ਨਿਰਾਸ਼ ਨਹੀਂ ਹੋਣਾ, ਕਦੇ ਵੀ ਇਹ ਨਹੀਂ ਸੋਚਣਾ ਕਿ ਮੈਂ ਪਾਠ ਕਰ ਰਿਹਾ ਹਾਂ, ਸੇਵਾ ਕਰ ਰਿਹਾ ਹਾਂ, ਪਤਾ ਨਹੀਂ ਇਹਦਾ ਫਲ ਮਿਲੇਗਾ ਕਿ ਨਹੀਂ, ਇਹਦਾ ਫਲ ਤਾਂ ਸਾਨੂੰ ਉਸੇ ਵੇਲੇ ਹੀ ਮਿਲਣਾ ਸ਼ੁਰੂ ਹੋ ਗਿਆ। ਤਾਂ ਬਸ ਇਹ ਸਾਰੀਆਂ ਗੱਲਾਂ ਆਪਣੇ ਦਿਲ ਦਿਮਾਗ ਦੇ ਵਿੱਚ ਬਿਠਾ ਲੈਣੀਆਂ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਮਿੱਠਾ ਪਿਆਰਾ ਨਾਮ ਸਾਡੇ ਹਰ ਦੁੱਖ ਰੋਗ ਦੀ ਦਵਾਈ ਆ। ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਸਾਡਾ ਪਾਰ ਉਤਾਰਾ ਹੋਣਾ ਹੈ, ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਸਾਡੇ ਦੁੱਖ ਦਲਿੱਦਰ ਕੱਟੇ ਜਾਣਗੇ, ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਅਸੀਂ ਨਿਹਾਲ 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 ਹੋ ਜਾਵਾਂਗੇ। ਤਾਂ ਫਿਰ ਆਓ ਅੱਜ ਤੋਂ ਹੀ ਰੋਜ਼ ਸਵੇਰੇ ਉੱਠ ਕੇ ਆਪਣੇ ਗੁਰੂ ਦੀ ਯਾਦ ਵਿੱਚ ਬੈਠੀਏ, ਭਾਵੇਂ 10 ਮਿੰਟ 15 ਮਿੰਟ ਜਿੰਨਾ ਵੀ ਬੈਠ ਸਕਦੇ ਹੋ, ਆਪਣੇ ਵੱਲੋਂ ਇੱਕ ਕੋਸ਼ਿਸ਼ ਕਰੀਏ। ਬਾਕੀ ਕਿਰਪਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪੇ ਹੀ ਕਰ ਦੇਣਗੇ। ਆਪਾਂ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰਨੀ ਆ, ਆਪਣਾ ਨੇਮ ਪੱਕਾ ਕਰਨਾ ਹੈ ਕਿ ਰੋਜ਼ ਅੰਮ੍ਰਿਤ ਵੇਲੇ ਉੱਠਣਾ। ਪਹਿਲਾ ਕੰਮ ਤਾਂ ਅੰਮ੍ਰਿਤ ਵੇਲੇ ਦਾ ਹੀ ਕਰਨਾ ਹੈ ਕਿ ਅੰਮ੍ਰਿਤ ਵੇਲੇ ਰੋਜ਼ ਉੱਠਣਾ, ਇਹ ਨਹੀਂ ਵੀ ਅੱਜ ਉੱਠ ਪਏ ਕੱਲ ਲੇਟ ਉੱਠ ਪਏ, ਨਾ, ਰੋਜ਼ ਸਵੇਰੇ 3 ਤੋਂ 6 ਦੇ ਵਿੱਚ ਵਿੱਚ ਇੱਕ ਸਮਾਂ ਸੈੱਟ ਕਰ ਲੈਣਾ। ਭਾਵੇਂ 3 ਵਜੇ ਉੱਠੋ, 4 ਵਜੇ ਉੱਠੋ, 5 ਵਜੇ ਤੋਂ ਪਹਿਲਾਂ ਤਾਂ ਹਰ ਹਾਲ ਦੇ ਵਿੱਚ ਉੱਠਣਾ ਚਾਹੀਦਾ ਹੈ। ਤਾਂ 3 ਤੋਂ 5 ਦੇ ਵਿੱਚ ਉੱਠ ਕੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲੈਣਾ, ਫਿਰ ਇਸ਼ਨਾਨ ਕਰਕੇ ਕੁਝ ਦੇਰ ਬੈਠ ਕੇ ਸਿਮਰਨ ਕਰਨਾ, ਵਾਹਿਗੁਰੂ 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 ਜਪਣਾ, ਕੁਝ ਦੇਰ ਮੂਲ ਮੰਤਰ ਜੀ ਦਾ ਜਾਪ ਕਰ ਲੈਣਾ ਹੈ, ਫਿਰ ਗੁਰਬਾਣੀ ਦਾ ਪਾਠ, ਭਾਵੇਂ 5 ਬਾਣੀਆਂ ਦਾ ਨਿਤਨੇਮ ਕਰੀਏ, ਭਾਵੇਂ 1 ਜਪਜੀ ਸਾਹਿਬ ਜੀ ਦਾ ਪਾਠ, ਪਰ ਆਪਣੇ ਗੁਰੂ ਦਾ ਗਿਆਨ ਜ਼ਰੂਰ ਹਾਸਲ ਕਰਨਾ। ਰੋਜ਼ ਸਤਸੰਗਤ ਕਰਨੀ ਆ, ਕਿਉਂਕਿ ਸਤਸੰਗਤ ਕੀਤਿਆਂ ਮਨ ਦੇ ਵਿੱਚ ਮੈਲ ਨਹੀਂ ਭਰਦੀ, ਮਨ ਦੇ ਵਿੱਚ ਵਿਸ਼ੇ ਵਿਕਾਰ ਨਹੀਂ ਆਉਂਦੇ, ਸਾਡੇ ਮਨ ਨੂੰ ਚੋਟਾਂ ਵੱਜਦੀਆਂ ਰਹਿੰਦੀਆਂ ਨੇ, ਸਾਡਾ ਮਨ ਸੁਚੇਤ ਰਹਿੰਦਾ ਹੈ, ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਤਾਂ ਫਿਰ ਆਓ ਅੱਜ ਤੋਂ ਹੀ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਸਭ ਦੇ ਉੱਤੇ ਕਿਰਪਾ ਕਰੋ। ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ, ਆਪ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਸਤਿਗੁਰ ਸੱਚੇ ਪਾਤਸ਼ਾਹ ਸਭ ਦੇ ਉੱਤੇ ਕਿਰਪਾ ਕਰਨੀ, ਸਭ ਨੂੰ ਅੰਮ੍ਰਿਤ ਵੇਲਾ ਬਖਸ਼ੋ, ਅੰਮ੍ਰਿਤ ਵੇਲੇ ਦਾ ਨਾਮ ਬਖਸ਼ੋ, ਸਤ ਸੰਗਤ ਦੀਆਂ ਸੋਹਣੀਆਂ ਘੜੀਆਂ ਬਖਸ਼ੋ, ਸਵਾਸ ਸਵਾਸ ਸਿਮਰਨ ਬਖਸ਼ੋ।